ਘਰ 'ਚ ਰੱਖਿਆ ਹੋਇਆ ਸੀ ਭੈਣ ਦਾ ਵਿਆਹ। ਭੈਣ ਦਾ ਵਿਆਹ ਕਰਨਾ ਤੇ ਇਕੱਲਾ ਕਮਾਉਣ ਵਾਲਾ ਸੀ, ਬਸ ਹੋ ਗਈ ਇੱਕ ਵਾਰੀ ਇਹ ਗਲਤੀ। ਨੌਜਵਾਨ ਨੂੰ ਸੀ ਪੈਸਿਆਂ ਦੀ ਜ਼ਰੂਰਤ, ਮਜਬੂਰੀ ਜਾ ਕੇ ਵੇਚਿਆ ਨਸ਼ਾ। ਪੁਲਿਸ ਨੇ ਨੌਜਵਾਨ ਨੂੰ ਚਿੱਟੇ ਸਮੇਤ ਕਰ ਲਿਆ ਕਾਬੂ। ਜਿੱਥੇ ਨੌਜਵਾਨ ਚਿੱਟੇ ਦੀ ਓਵਰਡੋਜ਼ ਲੈ ਕੇ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ, ਉੱਥੇ ਇੱਕ ਨੌਜਵਾਨ ਨੇ ਇਸ ਚਿੱਟੇ ਨੂੰ ਰੁਜ਼ਗਾਰ ਦੀ ਤਰ੍ਹਾਂ ਵਰਤਿਆ ਅਤੇ ਉਸ ਕੋਲ ਪੈਸਿਆਂ ਦੀ ਕਮੀ ਸੀ ਤੇ ਉਸਨੇ ਚਿੱਟਾ ਵੇਚ ਕੇ ਪੈਸੇ ਕਮਾਣੇ ਚਾਹੇ ਤਾਂ ਜੋ ਉਹ ਆਪਣੀ ਭੈਣ ਦਾ ਵਿਆਹ ਕਰ ਸਕੇ। ਪਰ ਇਸ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਇਹ ਨੌਜਵਾਨ ਗਾਹਕ ਦੀ ਉਡੀਕ ਕਰ ਰਿਹਾ ਸੀ। ਨੌਜਵਾਨ ਗੁਰਵਿੰਦਰ ਸਿੰਘ ਸਮਾਣਾ ਦੇ ਦਿੜਵਾ ਦਾ ਰਹਿਣ ਵਾਲਾ ਹੈ। ਜਦੋਂ ਇਸ ਬਾਰੇ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ 10ਵੀਂ ਪਾਸ ਹੈ ਤੇ ਉਸਦੀ ਭੈਣ ਦਾ ਵਿਆਹ ਸੀ ਅਤੇ ਉਸਨੂੰ ਪੈਸਿਆਂ ਦੀ ਵੀ ਜ਼ਰੂਰਤ ਸੀ, ਇਸ ਕਰਕੇ ਉਹ 1 ਲੱਖ ਰੁਪਏ ਦੇ ਚਿੱਟੇ ਨੂੰ ਮਲੇਰਕੋਟਲਾ ਲੈ ਕੇ ਆਇਆ ਅਤੇ ਇਸ ਨੂੰ ਵੇਚਣਾ ਉਸਦੀ ਮਜਬੂਰੀ ਸੀ। ਪਰ ਉਹ ਪੁਲਿਸ ਦੇ ਅੜਿੱਕੇ ਚੜ ਗਿਆ ਅਤੇ ਜਦੋਂ ਉਸਨੂੰ ਇਹ ਵੀ ਪੁੱਛਿਆ ਗਿਆ ਕਿ ਉਸ ਉੱਤੇ ਕੋਈ ਹੋਰ ਵੀ ਮਾਮਲੇ ਦਰਜ ਨੇ ਤਾਂ ਉਸਨੇ ਕਿਹਾ ਕਿ ਉਸ ਤੇ ਪਹਿਲਾਂ ਵੀ ਨਸ਼ਾ ਵੇਚਣ ਦਾ ਮਾਮਲਾ ਦਰਜ ਹੋਇਆ ਸੀ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਨੌਜਵਾਨ ਦੇ ਕੋਲ ਤੋਂ 53 ਗ੍ਰਾਮ ਚਿੱਟਾ ਬਰਾਮਦ ਹੋਇਆ ਤੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਸਮਾਣਾ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਵੀ ਮੰਗਿਆ ਜਾਵੇਗਾ ਅਤੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਗੁਰਵਿੰਦਰ ਸਿੰਘ ਜੀ, ਹਾਂ ਗੁਰਵਿੰਦਰ ਸਿੰਘ, ਕਿੱਥੇ ਰਹਿਣਾ ਤੁਸੀਂ? ਦਿੜਵੇ ਦਾ ਜੀ। ਦਿੜਵੇ ਦੇ ਕਿੰਨੇ ਪੜੇ ਹੋ? ਪੜ੍ਹਾਈ ਕਿੰਨੀ ਕੀਤੀ ਹੈ? 10 ਪੜ੍ਹੇ ਜੀ। 10 ਤੇ ਚਿੱਟਾ ਕਿੱਥੋਂ ਲਿਆ ਜੀ? ਇਹ ਤਾਂ ਮਰੇਲਕੋਟਲੇ ਤੋਂ ਲਿਆ ਸੀ ਮੁੰਡੇ ਤੋਂ। ਪਹਿਲੇ ਕਿੰਨੇ ਪਰਸੇ ਹੈ? ਪਹਿਲਾਂ 1 ਕਿਲੋ ਕੁ ਡੋਡੇ ਦਾ ਜੀ। ਇਹ ਕੰਮ ਕਿਉਂ ਕਰਨ ਲੱਗਿਆ? ਇਹ ਤਾਂ ਬਸ ਪਹਿਲੀ ਵਾਰੀ ਕਰਿਆ ਜੀ, ਮਜਬੂਰੀ ਸੀਗੀ ਭੈਣ ਦਾ ਵਿਆਹ ਕਰਨਾ ਸੀਗਾ। ਹੋ ਕੀ ਮਜਬੂਰੀ ਸੀ? ਭੈਣ ਦਾ ਵਿਆਹ ਕਰਨਾ ਤੇ ਇਕੱਲਾ ਕਮਾਉਣ ਵਾਲਾ ਜੀ, ਬਸ ਹੋ ਗਈ ਇੱਕ ਵਾਰੀ ਇਹ ਗਲਤੀ। ਕਿੰਨੇ ਪੈਸੇ ਲਿਆ ਸੀ? ਇਹ ਬਸ 1 ਲੱਖ ਰੁਪਏ ਦਾ ਲਿਆ ਸੀ। ਵੇਚਣਾ ਕਿੰਨੇ ਦਾ ਸੀ? ਇੱਕ ਪਾਹੀ 10,000 ਰੁਪਏ ਬਚਦਾ ਜੀ। ਕੱਲ੍ਹ ਮੇਰੇ SI ਨਿਰਮਲ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਕਲਾਰਾ ਮੋੜ 'ਤੇ, ਜਿਹਨੂੰ ਮੁਕਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਔਰਫ ਗਗਨ ਵਾਸੀ ਪਿੰਡ ਦਿੜਵੇ ਦਾ ਰਹਿਣ ਵਾਲਾ, ਜੋ ਸਾਡੇ ਏਰੀਏ ਦੇ ਵਿੱਚ ਜਿਹੜੇ ਚਿੱਟਾ ਦੇ ਕੁਛ ਡਿਕਟ ਜਾਂ ਸਮੈਲਰ ਨੇਗੇ, ਉਹਨਾਂ ਨੂੰ ਉਹ ਸਪਲਾਈ ਕਰਨ ਲਈ ਆ ਰਿਹਾ ਸੀਗਾ। ਜਿਸ ਸੰਬੰਧ ਵਿੱਚ ਉਹਨਾਂ ਨੂੰ ਮੁਕਰ ਵੀ ਖਾਸ ਨੇ ਇਤਲਾਹ ਦਿੱਤੀ ਕਿ ਜਿਹੜਾ ਪਿੰਡ ਕਲਾਰਾਂ ਦੇ ਕੋਲ ਸੂਆ, ਉੱਥੇ ਜਿਹੜਾ ਹੈਗਾ ਬੰਦਾ ਬੈਠਾ ਅਤੇ ਗਾਹਕਾਂ ਦੀ ਅਤੇ ਉਹਨਾਂ ਬੰਦਿਆਂ ਦੀ ਅੜੀਕ ਕਰ ਰਿਹਾ ਜਿਨ੍ਹਾਂ ਨੂੰ ਸਪਲਾਈ ਦੇਣੀ ਸੀ ਇਹਨੇ। ਉਸ ਦੇ ਦੌਰਾਨ ਮੇਰੀ ਪੁਲਿਸ ਪਾਰਟੀ ਨੇ ਜਾ ਕੇ ਉੱਥੇ ਮੌਕੇ 'ਤੇ ਇਹਨੂੰ ਦਬੋਚਿਆ, ਦਬੋਚ ਕੇ ਇਹਦੀ ਸਹਿਮਤੀ ਨਾਲ ਲੈ ਕੇ ਇਹਦੀ ਤਲਾਸੀ ਕੀਤੀ। ਤਲਾਸੀ ਕਰਨ 'ਤੇ ਇਹਦੇ ਕੋਲੋਂ 53 ਗ੍ਰਾਮ ਆ ਜਿਹੜਾ ਚਿੱਟਾ ਬਰੈਕਟ 'ਚ ਹੈਰਨ ਕਹਿੰਦੇ ਆਪਾਂ ਜਿਹਨੂੰ, ਉਹ ਰਿਕਵਰ ਹੋਈ ਆ ਇਹਦੇ ਕੋਲੋਂ। ਬਾਕੀ ਜਿਹੜੀ ਹੈਗੀ ਆ ਤਫਤੀ ਸਾਡੀ ਹਲੇ ਜਾਰੀ ਆ, ਅੱਜ ਇਹਦਾ ਪੁਲਿਸ ਰਿਮਾਂਡ ਲੈ ਕੇ ਬਾਕੀ ਹੋਰ ਵੀ ਜਿਹੜੀ ਇਹਦੀ ਪਾਸੋਂ ਪੁੱਛਗਿੱਛ ਕਰਾਂਗੇ। ਇਸ ਸੰਬੰਧੀ ਇਹਦਾ ਜਿਹੜਾ ਰਿਕਾਰਡ ਖੰਗਾਲ ਕੇ ਅਸੀਂ ਚੈੱਕ ਕੀਤਾ, ਜਿਹੜੇ ਜਿਹਦੇ ਖਿਲਾਫ਼ 1 ਮੁਕੱਦਮਾ ਪਹਿਲਾਂ NDPS ਸੈਕਟਰ ਦੀ ਦਰਜਾ, ਠੀਕ ਹੈ। ਬਾਕੀ ਸਾਡੀ ਹਲੇ ਇਸ ਪਾਸੋਂ ਪੁੱਛਗਿੱਛ ਜਾਰੀ, ਅੱਜ ਇਹਦਾ ਰਿਮਾਂਡ ਲਵਾਂਗੇ, ਹਾਸਲ ਕਰਾਂਗੇ ਮਾਨਯੋਗ ਕੋਰਟ ਤੋਂ, ਠੀਕ ਹੈ। ਬਾਕੀ ਜੋ ਫਰਦਰ ਜੋ ਅਗਲੀ ਤਫਤੀਸ਼ ਆ ਉਹ ਹਲੇ ਸਾਡੀ ਬਾਕੀ ਹੈ।